ਬੋਲੋ ਐਵੇਂ ਵਾਹਿਗੁਰੂ ਵਾਹਿਗੁਰੂ ਉਤਰਾ ਨਾ ਕਰੀ ਚਲੋ, ਮੈਨੂੰ ਜਵਾਬ ਦਿਓ ਵੀ ਕਿਤੇ ਗੁਰਦੁਆਰਿਆਂ 'ਚੋਂ, ਮੰਦਰਾਂ 'ਚੋਂ, ਮਸਜਿਦਾਂ 'ਚੋਂ ਜਿਹੜੇ ਗਾਤਰੇ ਪਾਉਣ ਵਾਲੇ, ਜਿਹੜੇ ਜਨੇਊ ਪਾਉਣ ਵਾਲੇ, ਸੁਨਤ ਕਰਨ ਵਾਲੇ, ਕਿਤੇ ਸੱਚ ਇਹਨਾਂ ਦੇ ਮੂੰਹ 'ਚੋਂ ਲੱਭਦਾ ਹੈ? ਬੋਲੋ ਨਾ ਗੁਰੂ, ਕਿਸ ਡਰਦੇ ਕਿਉਂ ਜੇ? ਹੁਣ ਸੱਚ ਫਿਰ ਕਿੱਥੋਂ ਲੱਗੀ ਹੈ? ਜੇ ਧਰਮੀ ਬੰਦਿਆਂ ਕੋਲ ਵੀ ਸੱਚ ਨਹੀਂ, ਆਖੋ ਵਾਹਿਗੁਰੂ, ਸੰਤਾਂ ਕੋਲ ਸੱਚ ਨਹੀਂ, ਪੰਡਿਤ ਕੋਲ ਸੱਚ ਨਹੀਂ, ਮੁੱਲਾਂ ਕੋਲ ਸੱਚ ਨਹੀਂ, ਤਾਂ ਸਾਹਿਬਾ ਸੱਚ ਕਿੱਥੋਂ ਸੁਣੀਏ? ਕਹਿੰਦੇ ਜੇ ਸੱਚ ਸੁਣਨਾ ਤਾਂ ਸੁਣੋ ਸਤ ਬਾਣੀ। ਬੋਲੋ ਨਾ, ਪਤਾ ਲੱਗਿਆ ਕਿ ਨਹੀਂ ਜੀ? ਬਾਣੀ ਸੁਣੋ, ਬਾਣੀ ਸੱਚੀ ਹੈ, ਹੋਰ ਕੋਈ ਸੱਚਾ ਨਹੀਂ ਇਸ ਵੇਲੇ। ਇੱਕ ਗੁਰਬਾਣੀ 'ਚ ਲਿਖਿਆ ਬਚਨ, ਨਾਨਕ ਸੱਚਾ ਇੱਕ ਹੈ। ਬੋਲੋ, ਕਿੰਨੇ ਕਿੰਨੇ? ਛਾਵਾ ਛਾਵਾ, ਮਾਝੇ ਦੇ ਲੋਕ ਹੋ, ਤਗੜੇ ਹੋ, ਨਾਨਕ ਸੱਚਾ, ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ। ਵੇਖਿਆ ਜੇ ਤੁਹਾਡੇ ਨਾਲ ਕਿੰਨੀ ਥਾਂ ਤੋਂ ਧੋਖਾ ਹੋਇਆ, ਆਹ ਬੰਦਾ ਸੱਚਾ ਹੋਊਗਾ, ਇਹਨੂੰ ਅੱਗੇ ਲਿਆਓ। ਇਸ ਤਰ੍ਹਾਂ ਕਿੰਨੇ, ਇਹਨੂੰ ਪਿੰਡ ਦਾ ਸਰਪੰਚ ਬਣਾਓ, ਇਹ ਬੰਦਾ ਚੰਗਾ ਹੋਊ, ਸੱਚਾ ਹੋਊ। ਮਗਰ ਜਦੋਂ ਸਰਪੰਚ ਬਣ ਜਾਂਦਾ ਹੈ, ਬੀਬੀ ਕਿੱਧਰ ਵੇਖਣੀ, ਕਿੱਧਰ ਵੇਖ ਰਿਹਾ? ਸੁਣੋ ਨਾ, ਮੇਰੀਆਂ ਭੈਣਾਂ ਜੇ ਬੜਾ ਪਿਆਰ ਨਾਲ ਸੁਣ ਰਹੇ ਸੋ, ਤੇ ਮੈਂ ਵੱਡੇ ਭਾਗ ਸਮਝਦਾ ਸਾਂ ਆਪਣੇ ਇਲਾਕੇ ਦੇ, ਮੇਰਾ ਵੀ ਇਲਾਕਾ ਹੈ। ਆਖੋ ਵਾਹਿਗੁਰੂ, ਵੀ ਜਿੱਦਣ ਬਾਬੇ ਨਾਨਕ ਦੇ ਸਿੱਖ ਬਾਣੀ ਸੁਣਨਾ ਸ਼ੁਰੂ ਕਰ ਦੇਣਗੇ, ਇਹਨਾਂ ਨੂੰ ਕੋਈ ਧਰਤੀ ਦੀ ਸ਼ਕਤੀ ਮਾਰ ਹੀ ਨਹੀਂ ਸਕਦੀ। ਬਾਣੀ ਤੋਂ ਵਿਸਰੇ ਤੇ ਮਰਨਗੇ। ਮੱਛੀ ਦਾ ਜੀਵਨ ਕੀ ਹੈ, ਇੱਕ ਵਾਰ ਦੱਸੋ ਮੈਨੂੰ, ਤੇ ਪਾਣੀ 'ਚੋਂ ਬਾਹਰ ਕੱਢ ਦਈਏ ਤੇ ਨਹੀਂ ਮਰਦੀ ਹੈ ਕਿ ਤੜਫਦੀ ਵੀ ਹੈ? ਅੱਜ ਸਾਡਾ ਕੀ ਹਾਲ ਆ? ਤਗੜੇ ਹੋ, ਤੜਫ ਰਹੇ, ਇਤਨਾ ਹੀ ਕਰ ਰਹੇ, ਹਾਏ 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 ਹਾਏ। ਜਿਤਨਾ ਮੱਛੀ ਦਾ ਜੀਵਨ ਪਾਣੀ ਹੈ, ਸਿੱਖ ਦਾ ਜੀਵਨ ਬਾਣੀ ਹੈ, ਅਤੇ ਬਾਣੀ ਨਾਲੋਂ ਟੁੱਟਦਾ ਜਾਂਦਾ ਹੈ। ਕਿੰਨਿਆਂ ਕੁ ਜੀਆਂ ਨੂੰ ਜਪਜੀ ਸਾਹਿਬ ਆਉਂਦਾ ਹੈ, ਅੱਜ ਜਿੰਨੀਆਂ ਮੇਰੀਆਂ ਧੀਆਂ ਬੈਠੀਆਂ, ਵੀਰ ਬੈਠੇ ਹੋ, ਇਹਦੇ ਜੋ ਭਾਗਾਂ ਵਾਲੇ ਹੋਣਗੇ ਗੁਰੂ ਕੇ ਸਿੱਖ, ਰਾਤੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਤਿੰਨ ਸਿੱਖ ਤੁਰੇ ਜਾਣੇ, ਛੋਟੇ ਛੋਟੇ, ਬਾਰਾਂ ਬਾਰਾਂ, ਚੌਦਾਂ ਚੌਦਾਂ ਸਾਲ ਦੇ, ਪੰਦਰਾਂ ਸਾਲ ਦੇ ਨਹੀਂ ਸੀ, ਛੋਟੇ ਸੀ, ਆਖੋ ਵਾਹਿਗੁਰੂ, ਦਮਦਮੀ ਟਕਸਾਲ ਦੇ ਸੰਥਿਆ ਲੈਂਦੇ ਸੀ, ਉਹ ਸਿੱਖ ਹਜ਼ੂਰ ਸਾਹਿਬ ਤੋਂ ਆਏ। ਦਾਸ ਉਹਨਾਂ ਨੂੰ ਮਿਲਿਆ, ਕੀ ਕਰ ਰਹੇ ਹੋ ਬਈ? ਦਾਸ ਉਹਨਾਂ ਨੂੰ ਮਿਲਿਆ, ਮੈਂ ਪੁੱਛਿਆ, ਫਤਿਹ ਬੁਲਾਈ, ਮੈਂ ਗੱਲ ਨਾ ਲਾਏ, ਛੋਟੇ ਛੋਟੇ ਸੀ, ਮੈਂ ਪੁੱਤ ਕਿੱਥੋਂ ਆਏ? ਕਹਿੰਦੇ ਦਮਦਮੀ ਟਕਸਾਲ ਤੋਂ ਆਏ, ਸੰਥਿਆ ਲਈ ਨੇ, ਆਖੋ ਵਾਹਿਗੁਰੂ। ਮੈਂ ਕਿਹਾ ਕਿੰਨੀਆਂ ਬਾਣੀਆਂ ਕੰਠ ਹੋ ਗਈਆਂ? ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ, ਤਿੰਨੇ ਕਹਿੰਦੇ ਪੰਜ ਪੰਜ ਬਾਣੀਆਂ ਕੰਠ।